ਅਸਲਾਮ ਵਾਲੇਕਮ ਜੀ, ਤੁਸੀਂ ਦੇ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਕਿ ਇਹਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੀਕਰ ਪਹੁੰਚੇ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਹਰ ਰੋਜ਼ ਦੀ ਨਿਸਬਤ ਆਪਣੇ ਵੀਰਾਂ ਵਾਸਤੇ ਅੱਛਾ ਤੇ ਖੂਬਸੂਰਤ ਜਾਨਵਰ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਵੀਰਾਂ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਆਪਣੇ ਵੀਰਾਂ ਵਾਸਤੇ ਮਾਸ਼ਾਅੱਲਾ ਪਹਿਲਾ ਸੁਬਾਹ ਸੂਈ ਹੈ, ਮੂੰਹ ਚ ਹੋ ਗਈ ਹੈ ਵੈੜ ਔਰ ਮਾਸ਼ਾਅੱਲਾ ਵੈੜੀ ਬਿਲਕੁਲ ਕਰਾਸ ਹੈ। ਇਹ ਨਹੀਂ ਹੈ ਕਿ ਦੇਸੀ ਗਾਂ ਹੋਵੇ ਤੇ ਮੈਂ ਤੁਹਾਨੂੰ ਕਹਾਂ ਕਰਾਸ ਹੈ, ਇਹ ਮੇਰੇ ਵੀਰਾਂ ਨੂੰ ਖੁਦ ਜਾਨਵਰ ਦੱਸ ਰਿਹਾ। ਮਾਸ਼ਾਅੱਲਾ ਹਾਈਟ ਚੰਗੀ ਹੈ ਔਰ ਮੂੰਹ ਚੌਗੀ ਹੈ, ਮਗਰ ਵੱਛਾ ਹੈ ਔਰ ਮਾਸ਼ਾਅੱਲਾ ਆਇਸਾ ਤੋਂ ਪੁੱਛਾਂਗੇ ਘਰੇਲੂ ਮਾਸ਼ਾਅੱਲਾ ਵੈੜ, ਜੱਟ ਜ਼ਿਮੀਂਦਾਰ ਬੰਦਾ ਜਿਹਦੇ ਕੋਲ ਖੜੀ ਹੈ, ਘਰ ਦੀ ਮਾਸ਼ਾਅੱਲਾ ਵੈੜ ਹੈ ਔਰ ਦੋਸਤਾਂ ਵੀਰਾਂ ਦੇ ਸਾਹਮਣੇ ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਚੁਆਈ ਹੋ ਚੁੱਕੀ ਹੈ, ਟਾਈਮ ਹੋਇਆ 2:30 ਵਜੇ ਦਾ ਔਰ ਤਰੀਕ ਅੱਜ ਹੈਗੀ ਹੈ 9 ਔਰ ਮਾਸ਼ਾਅੱਲਾ ਜਾਨਵਰ ਮੇਰੇ ਕੈਮਰੇ ਦੇ ਸਾਹਮਣੇ, ਕੋਈ ਮੇਰੇ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ, ਘਰ ਦੀ ਵੈੜ ਹੈ ਔਰ ਮਾਸ਼ਾਅੱਲਾ ਵੈੜ ਬਿਲਕੁਲ ਕਰਾਸ ਹੈ ਔਰ ਦੋਸਤਾਂ ਦੇ ਸਾਹਮਣੇ ਕੋਈ ਮੇਰੇ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਥਣ ਮਾਸ਼ਾਅੱਲਾ ਪੂਰਾ ਮੁੱਠ ਮੁੱਠਦਾ ਹੈ, ਰੁਕ ਰੁਕਦਾ ਔਰ ਮੇਰੇ ਕੈਮਰੇ ਦੇ ਸਾਹਮਣੇ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀਆਂ ਕਰਵਾਵਾਂਗਾ, ਬਾਕੀ ਇਨਸ਼ਾਅੱਲਾ ਤਾਲਾ ਲੈਣੇ ਦੇ ਮੁਕੱਦਰ ਹੋਣਗੇ, ਨਸੀਬ ਹੋਣਗੇ। ਆਇਸਾ ਪਿੰਡ ਛੱਡ ਕੇ ਤੋਰਿਆ ਥੋੜ੍ਹਾ ਜਿਹਾ, ਗੱਲਾਂ ਜਿੰਨੀਆਂ ਮਰਜ਼ੀ ਕੀਤੀ ਜਾਵਾਂ, ਜਾਨਵਰ ਮੇਰੇ ਵੀਰਾਂ ਦੇ ਸਾਹਮਣੇ ਕਿਉਂਕਿ ਜਾਨਵਰ ਬਹੁਤ ਹੀ ਮੁਨਾਸਿਬ ਕੀਮਤ ਦੇ ਵਿੱਚ ਵੈੜ ਹੈ, ਘਰੇਲੂ ਵੈੜ ਹੈ ਔਰ ਅੱਲਾਹ ਦੇ ਫਜ਼ਲ ਕਰਮ ਨਾਲ ਕੋਸ਼ਿਸ਼ ਕੀਤੀ ਹੈ ਆਪਣੇ ਵੀਰਾਂ ਵਾਸਤੇ ਕੋਈ ਮੁਨਾਸਿਬ ਕਰਾਸ। ਮੇਰੇ ਵੀਰਾਂ ਨੇ ਕਿਹਾ ਸੀ ਕੋਈ ਪਹਿਲਣ ਹੋਵੇ, ਕਰਾਸ ਵੈੜ ਹੋਵੇ ਤਾਂ ਸਾਨੂੰ ਜ਼ਰੂਰ ਸ਼ੇਅਰ ਕਰਨੀ ਹੈ ਔਰ ਮਾਸ਼ਾਅੱਲਾ ਫਰੀਜ਼ੀਆਂ ਦੇ ਵਿੱਚ ਕਰਾਸ ਹੈ ਵੈੜ ਔਰ ਦੋਸਤਾਂ ਦੇ ਸਾਹਮਣੇ ਮੂੰਹ ਚੌਗੀ, ਸ਼ਰਤੀਆਂ ਮੂੰਹ ਚੌਗੀ ਹੈ ਔਰ ਨਸਲਦਾਤ ਜੋ ਵੀ ਹੈ ਉਹ ਕੈਮਰੇ ਦੇ ਸਾਹਮਣੇ, ਬਾਕੀ ਇਨਸ਼ਾਅੱਲਾ ਤਾਲਾ ਲੈਣੇ ਦੇ ਮੁਕੱਦਰ ਨੇ, ਨਸੀਬ ਨੇ, ਕੈਮਰੇ ਦੀ ਅੱਖ ਦੇ ਸਾਹਮਣੇ ਇਨਸ਼ਾਅੱਲਾ ਤਾਲਾ ਰੇਟ ਹੋਣਗੇ। ਇਨਸ਼ਾਅੱਲਾ ਤਾਲਾ ਦੇਸੀਆਂ ਵਾਲੇ ਵੈੜ ਹੈ ਬਿਲਕੁਲ ਕਰਾਸ ਹੈ ਔਰ ਇਨਸ਼ਾਅੱਲਾ ਤਾਲਾ ਕੈਮਰੇ ਦੇ ਸਾਹਮਣੇ ਵੀਰਾਂ ਨੂੰ ਕਰਾਵਾਂਗਾ ਤਸੱਲੀਆਂ, ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਅੱਜ ਹੀ ਸਾਹਿਬ ਨਾਲ ਆਉਣਗੀਆਂ। ਇਨਸ਼ਾਅੱਲਾ ਤਾਲਾ ਪੱਕੀਆਂ ਜਿਹੀਆਂ ਗੱਲਾਂ ਹੋਣਗੀਆਂ, ਫਾਈਨਲ ਜਿਹੀਆਂ ਗੱਲਾਂ ਹੋਣਗੀਆਂ, ਉਹਨਾਂ 'ਚ ਕੋਈ ਵਾਧਾ ਘਾਟਾ ਇਨਸ਼ਾਅੱਲਾ ਤਾਲਾ ਨਹੀਂ ਹੋਏਗਾ। ਜਿਹੜੀ ਗੱਲ ਕਰਾਂਗੇ ਇਨਸ਼ਾਅੱਲਾ ਤਾਲਾ ਅੱਛੀ ਅਤੇ ਖੂਬਸੂਰਤ ਹੋਏਗੀ ਔਰ ਉਹਦੇ ਵਿੱਚ ਇਨਸ਼ਾਅੱਲਾ ਕੋਈ ਫਰਕ ਨਹੀਂ ਆਏਗਾ। ਆਪਣੇ ਦੋਸਤਾਂ ਨੂੰ ਤਸੱਲੀਆਂ ਕਰਵਾ ਰਿਹਾ ਮੇਰਾ ਕੈਮਰਾਮੈਨ ਸਾਹਿਬ, ਬਾਕੀ ਮਾਸ਼ਾਅੱਲਾ ਜੋ ਕੁਛ ਵੀ ਹੈ ਕੈਮਰੇ ਦੇ ਸਾਹਮਣੇ ਖੁਦ ਜਾਨਵਰ ਆਪਣੇ ਵੀਰਾਂ ਨੂੰ ਦੱਸ ਰਿਹਾ ਕਿ ਮੈਂ ਕੀ ਚੀਜ਼ ਹਾਂ। ਮਗਰ ਵੱਛਾ ਅੱਜ ਸੂਈ ਨੂੰ 15 ਤੋਂ 20 ਦਿਨ ਹੋ ਗਏ ਨੇ ਕਿਉਂਕਿ ਘਰ ਦਾ ਜਾਨਵਰ ਹੈ, ਕਿਉਂਕਿ ਵਪਾਰੀ ਬੰਦੇ ਹੀ ਹੁੰਦੇ ਨੇ ਜਿਹੜੇ ਜਾਨਵਰ ਨੂੰ ਦੁੱਧ ਨਹੀਂ ਛੱਡਦੇ ਅਤੇ ਬੱਚੇ ਛੋਟੇ ਛੋਟੇ ਹੁੰਦੇ ਨੇ, ਇਹਨੂੰ ਅੱਜ ਸੂਈ ਨੂੰ 15 ਤੋਂ 20 ਦਿਨ ਪਾਈ ਦੱਸਦੇ ਹੋਏ ਨੇ ਔਰ ਵੱਛਾ ਬੜਾ ਮਾਸ਼ਾਅੱਲਾ ਕਮਾਲ ਦਾ ਮਗਰ ਔਰ ਦੋਸਤਾਂ ਨੇ ਵੇਖਣਾ ਕਰਾਸ ਹੈ ਮਾਸ਼ਾਅੱਲਾ, ਕੋਈ ਬੰਨ ਸ਼ਨ ਕੋਈ ਵੱਛੇ 'ਤੇ ਵੀ ਔਰ ਦੋਸਤ ਵੀ ਦੇਖ ਸਕਦੇ ਨੇ ਮਾਸ਼ਾਅੱਲਾ ਵੈੜ ਮੁਕੰਮਲ ਕੈਮਰੇ ਦੇ ਸਾਹਮਣੇ, ਮੁਕੰਮਲ ਵਿਊ ਮੇਰੇ ਕੈਮਰੇ ਦੇ ਸਾਹਮਣੇ, ਮੈਂ ਛੋਟੇ ਛੋਟੇ ਕੰਨ ਨੇ ਔਰ ਕੰਢ ਦੀ ਵੇਖ ਲਓ ਕੋਈ ਬੰਨ ਸ਼ਨ ਕੋਈ ਨਹੀਂ ਕਿਉਂਕਿ ਫੁੱਲ ਵੈੜ ਕਰਾਸ ਹੈ ਔਰ ਵੈੜੀ ਮਾਸ਼ਾਅੱਲਾ ਪਹਿਲਾ ਸੁਬਾਹ ਸੂਈ ਹੈ ਮਾਸ਼ਾਅੱਲਾ ਜੀ। ਮੂੰਹ ਸ਼ਰਤੀਆ ਚੌਗੀ ਹੈ ਕਿਉਂਕਿ ਜਾਨਵਰ ਘਰੇਲੂ ਹੈ ਮਾਸ਼ਾਅੱਲਾ, ਦੁੱਧ ਇਨਸ਼ਾਅੱਲਾ ਆਇਸਾ ਤੋਂ ਪੁੱਛਦੇ ਹਾਂ ਫਾਈਨਲ ਦੁੱਧ ਦਿੰਦੀ ਕਿੰਨਾ ਪਈ ਹੈ ਔਰ ਇਨਸ਼ਾਅੱਲਾ ਤਾਲਾ ਇਸ ਸੂਏ ਦੇ ਵਿੱਚ ਕਿੰਨਾ ਕੁ ਕਰੇਗੀ ਉਹ ਇਨਸ਼ਾਅੱਲਾ ਚੁਆ ਕਿੰਨਾ ਸਕਦੇ ਨੇ, ਇਸ ਟਾਈਮ ਜਿਹੜਾ ਇਨਸ਼ਾਅੱਲਾ ਚੁਆਵਣਗੇ ਉਹ ਹੀ ਆਪਾਂ ਨੂੰ ਦੱਸਣਗੇ, ਉਸ ਤੋਂ ਵੱਧ ਪਾਈਆ ਵੀ ਨਹੀਂ ਦੱਸਣਗੇ ਇਨਸ਼ਾਅੱਲਾ ਤਾਲਾ, ਕਿਉਂਕਿ ਉਹਨਾਂ ਦਾ ਘਰ ਦਾ ਜਾਨਵਰ ਹੈ, ਘਰ ਪੀਂਦੇ ਪੈ ਨੇ ਇਸ ਟਾਈਮ, ਕਿਉਂਕਿ ਜੋ ਕੁਛ ਵੀ ਹੈ ਉਹ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਦੇ ਸਾਹਮਣੇ ਜੀ। ਵੈੜ ਦੀ ਕੀਮਤ ਬੜ ਮੁਨਾਸਿਬ ਹੈ ਮਾਸ਼ਾਅੱਲਾ ਜੀ, ਜਾਨਵਰ ਤਸੱਲੀ ਨਾਲ ਦੇਖ ਲਿਆ। ਹੁਣ ਮੈਂ ਆਪਣੇ ਭਾਈ ਸਾਹਿਬ ਨੂੰ ਕਹਾਂਗਾ ਕਿ ਇਨਸ਼ਾਅੱਲਾ ਤਾਲਾ ਕੈਮਰੇ ਦੇ ਸਾਹਮਣੇ ਇਨਸ਼ਾਅੱਲਾ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਅਲਹਮਦੁਲਿਲਾ ਜੀ। ਕੀ ਨਾਮ ਹੈ ਆਪਣਾ ਜੀ? ਮੁਹੰਮਦ ਅਰਸ਼ਾਦ। ਅਰਸ਼ਾਦ ਸਾਹਿਬ, ਅਰਸ਼ਾਦ ਸਾਹਿਬ ਮਾਸ਼ਾਅੱਲਾ ਜਾਨਵਰ ਆਪਣੇ ਘਰ ਦਾ ਜੀ? ਜੀ ਘਰ ਕਰਦਾ। ਅਰਸ਼ਾਦ ਸਾਹਿਬ ਅੱਜ ਨੂੰ ਸੂਈ ਨੂੰ ਤੁਸੀਂ ਦੱਸਿਆ 15 ਤੋਂ 20 ਦਿਨ ਹੋ ਗਏ, 15 ਤੋਂ 20 ਦਿਨ ਤੇ ਅਰਸ਼ਾਦ ਸਾਹਿਬ ਮਾਸ਼ਾਅੱਲਾ ਸੁਣਤੇ ਰਸੂਲ ਹੈ ਆਪਣੇ ਮੂੰਹ 'ਤੇ,
ਆਪਾਂ ਜਿਹੜੀ ਗੱਲ ਕਰਨੀ ਫਾਈਨਲ ਸੱਚੀ ਖਰੀ ਕਰਨੀ ਇਨਸ਼ਾਅੱਲਾ ਤਾਲਾ, ਕਿਉਂਕਿ ਆਪਣੇ ਵੀਰ ਜਿਹੜੇ ਵਹਿੰਦੇ ਪੈ ਨੇ ਨਾ ਸਬਸਕ੍ਰਾਈਬਰ, ਬਿਲਕੁਲ ਉਹ ਇਨਸ਼ਾਅੱਲਾ ਤਾਲਾ ਮੁਤਮਿਨ ਤੁਹਾਡੀ ਗੱਲ 'ਤੇ ਵੀ ਹੋਣਾ ਉਹਨਾਂ ਨੇ, ਅਸੀਂ ਕਰ ਦਿੱਤੀਆਂ ਨੇ ਗੱਲਾਂ ਉਹਨਾਂ ਨੇ, ਜਾਨਵਰ ਦੇਖ ਲਿਆ, ਕਿਉਂਕਿ ਇਨਸ਼ਾਅੱਲਾ ਤਾਲਾ ਗੱਲ ਕਰਨੀ ਵਜ਼ਨ ਵਾਲੀ ਪਾਏਦਾਰ, ਇਨਸ਼ਾਅੱਲਾ ਤਾਲਾ ਤੁਸੀਂ ਸਾਹਿਬੇ ਜਦਾਦ ਜੋ ਮਾਸ਼ਾਅੱਲਾ ਅੱਲਾ ਦਾ ਫਜ਼ਲ ਹੈ ਤੁਹਾਡੇ 'ਤੇ ਕਰਮ ਹੈ, ਘਰ ਦਾ ਆਪਣਾ ਜਾਨਵਰ ਹੈ, ਅਤੇ ਹਾਜੀ ਸਾਹਿਬ ਇਹਦੇ ਥੱਲੋਂ ਆਪਾਂ ਦੁੱਧ ਜਿਹੜਾ ਚੋਂਦੇ ਪੈਣ ਜਿਹੜਾ ਆਪਾਂ ਚਵਾ ਸਕਦੇ ਹਾਂ, ਜਿਹਦੀ ਮੈਂ ਗਰੰਟੀ ਦੇ ਸਕਦਾ ਬੂਹੇ 'ਤੇ ਆਏ ਬੰਦੇ ਨੂੰ, ਕਿੰਨਾ ਦੁੱਧ? 10 ਤੋਂ 12 ਲੀਟਰ ਦੁੱਧ, 10 ਤੋਂ 12 ਲੀਟਰ ਦੁੱਧ। ਮਸਲਨ ਸੁਬਾਹ ਹੋ ਜਾਂਦਾ ਹੈ ਕੋਈ 6, ਸ਼ਾਮ ਨੂੰ ਹੋ ਜਾਂਦਾ ਕੋਈ 5, ਉਹ ਰਾਤਾਂ ਲੰਬੀਆਂ ਨੇ, ਮਸਲਨ ਇਸ ਵਜ੍ਹਾ ਤੋਂ ਤੁਸੀਂ 10 ਤੋਂ 12 ਲੀਟਰ ਦੁੱਧ ਇਨਸ਼ਾਅੱਲਾ ਚੋਈ ਜਾਂਦਾ ਬੱਚੇ ਨੂੰ ਛੱਡ ਕੇ। ਹਾਂਜੀ ਸਾਹਿਬ ਮਾਸ਼ਾਅੱਲਾ ਜਾਨਵਰ ਤੁਹਾਡਾ ਸੋਹਣਾ, ਮੂੰਹ ਚੋਗੀ ਹੈ, ਇਹ ਵੀ ਇਨਸ਼ਾਅੱਲਾ ਤਾਲਾ ਆਪਣੀ ਗਰੰਟੀ ਹੈ, ਆਪਾਂ ਦੇ ਸਕਦੇ ਹਾਂ, ਦੋਸਤ ਵੀ ਦੇ ਸਕਦੇ, ਠੀਕ ਹੋ ਗਿਆ। ਅੱਜ ਸਾਹਿਬ ਜਿਹੜੇ ਦੇ ਪੈਸੇ ਲੈ ਲੈਣ, ਇਹਦਾ ਮੁੱਲ ਤਾਂ ਬਹੁਤ ਕਰਨਾ ਪਰ ਤੁਹਾਡੇ ਵਾਸਤੇ। ਹਾਂਜੀ ਕਾਰ ਦੀ, ਹਾਂਜੀ ਇੱਕ ਨੱਬੇ ਦੇ ਵਿੱਚ ਕੋਈ ਮੁਹੱਬਤ ਪਿਆਰ ਦੋਸਤ ਵਾਲੇ ਵੀਰ ਕਿਹੜਾ ਮੈਨੂੰ ਕਹਿ ਦਿੰਦਾ ਰਮਜ਼ਾਨ ਬਾਈ ਕੋਈ ਮੁਹੱਬਤ ਪਿਆਰ ਕਰਵਾ ਦਿਓ ਮੌਕੇ ਦੀ ਨਿਸਬਤ ਕਰ ਲਾ ਹੋ ਜਾਏਗਾ ਪਿਆਰ। ਮਾਸ਼ਾਅੱਲਾ ਵੈੜ ਬਿਲਕੁਲ ਕਰਾਸ ਹੈ, ਮਾਸ਼ਾਅੱਲਾ ਕੈਮਰੇ ਸਾਹਮਣੇ ਦਿਖਾ ਦਿਓ ਦੋਸਤਾਂ ਨੂੰ, ਮਾਸ਼ਾਅੱਲਾ ਜੀ ਵੈੜ ਬਿਲਕੁਲ ਕਰਾਸ ਹੈ, ਵੈੜੀ ਹੈ ਮਾਸ਼ਾਅੱਲਾ, ਔਰ ਕਰਾਸ ਜਾਨਵਰ ਹੈ, ਦੇਸੀ ਨਹੀਂ ਹੈ, ਦੇਸੀਆਂ ਵਾਲਾ ਮੁੱਲ ਹੈ 1,90,000 ਰੁਪਈਆ, ਜਿਹਦੇ ਵਿੱਚੋਂ ਮੁਹੱਬਤ ਪਿਆਰ ਮੌਕੇ ਦੀ ਨਿਸਬਤ ਆਇਸਾ ਬੰਦ ਨੇ ਕਰਵਾਵਾਂਗੇ, ਇਨਸ਼ਾਅੱਲਾ ਕਰਾਂਗੇ ਦੋਸਤਾਂ ਵਾਸਤੇ, ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਮੇਰੇ ਵੀਰਾਂ ਸਾਹਮਣੇ, ਕਿਉਂਕਿ ਇਸ ਟਾਈਮ ਜਿਹੜਾ ਟਾਈਮ ਹੋਇਆ ਨਾ ਉਹ ਢਾਈ ਦਾ ਹੈ ਸਾਡੇ ਤੋਂ, ਆਈ ਸਾਹਿਬ ਥੋੜ੍ਹਾ ਜਿਹਾ ਨਾ ਫਾਸਲੇ 'ਤੇ ਨੇ ਜਿਹਦੀ ਵਜ੍ਹਾ ਤੋਂ ਮੈਂ ਵੀਡੀਓ ਬਣਾ ਰਿਹਾ, ਔਰ ਇਸ ਤੋਂ ਕਿ ਮੇਰੇ ਵੀਰਾਂ ਨੂੰ ਦਿਖਾ ਦੇਵਾਂ ਬਹੁਤ ਮੁਨਾਸਿਬ ਕੀਮਤ ਦੇ ਵਿੱਚ, ਔਰ ਕਰਾਸ ਮਾਸ਼ਾਅੱਲਾ ਵੈੜ ਹੈ, ਔਰ ਨਸਲ ਜ਼ਾਤ ਮੇਰੇ ਦੋਸਤਾਂ ਦੇ ਸਾਹਮਣੇ, ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਜਲ ਨਹੀਂ ਹੈ, ਥਣ ਮਾਸ਼ਾਅੱਲਾ ਪੂਰਾ ਮੁੱਠ ਮੁੱਠਦਾ ਰੁਕ ਰੁਕਦਾ, ਘਰ ਦੀ ਵੈੜ ਹੈ, ਔਰ ਇਨਸ਼ਾਅੱਲਾ ਤਾਲਾ ਕੈਮਰੇ ਦੇ ਸਾਹਮਣੇ। ਸਾਡਾ ਵਟਸਐਪ ਨੰਬਰ ਹੈ 0308-4970-147, ਇਹ ਸਾਡਾ ਵਟਸਐਪ ਨੰਬਰ ਹੈ, ਇਹ ਰਾਬਤਾ ਨੰਬਰ ਹੈ, ਅਗਰ ਕਿਸੇ ਵੀਰ ਨੂੰ ਪਸੰਦ ਆ ਸਕਦੀ ਹੈ ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਲੋਕੇਸ਼ਨ ਹੈਗੀ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਾਵਾਲਾ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦੀ ਇਜਾਜ਼ਤ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।